ਅਸਲਾਮੁ ਅਲੈਕੁਮ, ਸਵਾਬਾ ਖੈਰ। ਪਹਿਲੇ ਤਾਂ ਮੋਰਨਿੰਗ ਟਾਈਮ ਜਨਾਬ ਭੱਜ ਕੇ ਚੱਕਰ ਲਾਇਆ ਸ਼ਹਿਰ ਤੱਕ ਦਾ। ਸ਼ਹਿਰ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਵੀ ਨਹੀਂ ਸੀਗਾ, ਲੇਕਿਨ ਕੋਈ ਕਲੋਜ਼ਿੰਗ ਚੱਲ ਰਹੀ ਸੀ, ਉਹਦੇ ਚੱਕਰ 'ਚ ਸਿਰਫ ਹਾਲ ਦੀ ਘੜੀ ਜਿਹੜਾ ਨਾ ਸਿਰਫ ਬੈਂਕ ਤੱਕ ਦਾ ਹੀ ਚੱਕਰ ਸੀਗਾ। ਮੈਂ ਬੈਂਕ ਤਕਰੀਬਨ ਮੇਰਾ ਖਿਆਲ ਆ ਵੀ 9 ਵਜੇ ਖੁੱਲ੍ਹ ਜਾਂਦੇ ਆ, ਅਤੇ 9:30 ਤੋਂ 10 ਵਜੇ ਤਕਰੀਬਨ ਮੈਂ ਸ਼ਹਿਰ ਪਹੁੰਚ ਗਿਆ ਸੀ, ਕਿਉਂਕਿ ਵਾਪਸੀ ਜਾ ਕੇ ਮੈਂ ਬੂਰੇ ਵਾਲਾ ਵੀ ਜਾਣਾ ਸੀ ਅਤੇ ਹੋਰ ਵੀ ਧੰਦੇ ਸੀ। ਸ਼ਹਿਰ ਪਹੁੰਚ ਕੇ ਸਿਰਫ ਰਾਜ ਅਬਦੁੱਲਾ ਸਾਹਿਬ ਕੋਲ 1 ਗਲਾਸ ਠੰਡੇ ਪਾਣੀ ਦਾ ਅਤੇ 1 ਗਲਾਸ ਕੱਪ ਚਾਹ ਦਾ ਪੀ ਕੇ ਆਪਣਾ ਧੰਦਾ ਕਰਕੇ ਫਿਰ ਉਨੀ ਪੈਰੀ ਵਾਪਸ ਦੌੜ ਲਾ ਦਿੱਤੀ। ਅੱਡੇ 'ਤੇ ਪਹੁੰਚ ਕੇ ਛੋਟਾ ਮੋਟਾ ਜਿਹੜਾ ਅਜ਼ੀਮ ਸਾਹਿਬ ਨੂੰ ਆ ਬੰਪਰ ਦਿੱਤਾ ਹੋਇਆ ਸੀ, ਉਹਦੇ ਬਾਰੇ ਜਾਣਕਾਰੀ ਹਾਸਿਲ ਕੀਤੀ। ਨਾਲ ਆ ਸਟੈਂਡ ਜਿਹੇ ਦੇਖੋ, ਪਲੇਟਾਂ ਦੇ ਨਵੇਂ ਡਿਜ਼ਾਇਨ ਦੇ ਬਣਾਈ ਜਾਂਦੇ ਸੀਗੇ, ਇਹ ਵੱਖੋ ਵੱਖ ਹਰ ਬੰਦਾ ਡਿਜ਼ਾਇਨ ਕੱਢੀ ਖੜਾ ਹੈ। ਹਜ਼ਰਾਤ ਤੇ ਜ਼ੀ ਮੁਹਤਸ਼ਮ, ਇਤਨਾ ਘੁੰਮ ਫਿਰ ਕੇ ਸ਼ਹਿਰ 'ਚੋਂ ਅਤੇ ਫੌਰਨ ਘਰ ਪਹੁੰਚਿਆ। ਇੱਥੇ ਜਨਾਬ ਹਲਕਾ ਫੁਲਕਾ ਜਿਹਾ ਕੁਝ ਖਾਧਾ ਹੈ, ਖਾ ਕੇ ਅਤੇ ਹੁਣ ਜਾਣਾ ਬੂਰੇ ਵਾਲੇ, ਅਤੇ ਅੱਜ ਜਾਣਾ ਵੀ ਬਾਈਕ 'ਤੇ ਹੈ, ਅਤੇ ਨਾਲ ਲੈ ਕੇ ਜਾਣਾ ਆ ਰਾਸ਼ਦ ਨੂੰ, ਕਿਉਂਕਿ ਰਾਸ਼ਦ ਨੂੰ ਇਸ ਵਾਰੀ ਸਕੂਟਰੀ 'ਤੇ ਥੋੜ੍ਹੀ ਜਿਹੀ ਗਰਮੀ ਲਵਾਈਏ। ਉਹਨੂੰ ਵੀ ਪਤਾ ਲੱਗਿਆ ਵੀ ਗਰਮੀ ਕੀ ਕੇਸ ਬਲਾ ਦਾ ਨਾਂ ਹੈ। ਮੀਏ ਬ੍ਰਦਰ 'ਤੇ ਜਾਣਾ ਆ ਸਿਰਫ, ਅਤੇ ਜਾਣਾ ਵੀ ਦਸਤੀ ਖੜ੍ਹੇ ਖੜ੍ਹੇ ਆ, ਅਤੇ ਜਾਣ ਦਾ ਮਕਸਦ ਵੀ ਇਹ ਆ ਕਿ ਇੱਕ ਤਾਂ ਭਾਈ ਜ਼ੀਮ ਵਾਲਾ, ਤੁਹਾਨੂੰ ਪਤਾ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ, ਬੰਪਰ ਆਪਣੇ ਕੋਲ ਠੀਕ ਹੋਣ ਲਿਆ, ਉਹ ਮੈਂ ਠੀਕ ਕਰਵਾ ਲਿਆ, ਉਹਦਾ ਡੈਸ਼ਬੋਰਡ ਅੱਜ ਠੀਕ ਕਰਵਾਉਣਾ ਆ, ਬਣਵਾਉਣਾ ਆ, ਬਣਵਾ ਕੇ ਅਤੇ ਸੰਗਲੀਆਂ ਅਤੇ ਨੇਮ ਪਲੇਟ ਮੈਂ ਬਣਵਾਈ ਆ, ਉਹ ਬਣਵਾ ਕੇ ਅਤੇ ਮੈਂ ਇਨਸ਼ਾਅੱਲਾ ਤਾਲਾ ਇੱਥੋਂ ਇਹ ਭਾਈ ਨੂੰ ਭੇਜਣਾ। ਮੈਂ ਕਿਹਾ ਵੀ ਤੇਰਾ ਟਰੈਕਟਰ ਵਾਪਸ ਆਇਆ ਵਾ, ਅਤੇ ਭਾਈ ਵਾਲਾ ਬੰਪਰ ਜਿਹੜਾ ਨਾ ਉਹ ਟਰੈਕਟਰ ਦੀ ਮੱਤ ਮਾਰੀ ਖੜਾ ਸੀ, ਉਸੇ ਨੂੰ ਮੈਂ ਕੱਟ ਵੱਢ ਕਰਕੇ ਅਤੇ ਜ਼ਰਾ ਥੋੜ੍ਹਾ ਜਿਹਾ ਲੋਕੇਸ਼ਨ ਚੇਂਜ ਕੀਤੀ ਹੈ। ਲੈ ਜੀ, ਰਾਸ਼ਦ ਭਾਈ ਕੇ ਪਾਸ ਪਹੁੰਚ ਗਿਆ ਹੂੰ। ਅਬ ਸੀਨ ਯੇ ਹੈ ਕਿ ਰਾਸ਼ਦ ਭਾਈ ਕਾ ਗਾਜ਼ੀ ਜੋ ਹੈ ਵੋ ਚੈੱਕ ਕਰਨਾ ਹੈ, ਇਸਮੇਂ ਕੋਈ ਕਲੱਚ ਪਲੇਟ ਕੀ ਕੋਈ ਆਵਾਜ਼ ਥੀ ਜਾਂ ਇਸ ਤਰ੍ਹਾਂ ਕਾ ਕੁਛ ਥਾ, ਵੋ ਚੈੱਕ ਕਰਨਾ ਹੈ। ਨਯਾ ਟਰੈਕਟਰ ਹੈ ਤੋ ਭਾਈ ਕੰਪਨੀ ਸੇ ਰਾਬਤਾ ਕੀਆ ਥਾ, ਕੰਪਨੀ ਵਾਲੇ ਕਲੇਮ ਫੌਰਨ ਦੇਤੇ ਹੈ ਨਿਊ ਲੈਂਡ ਵਾਲੇ, ਯੇ ਇਨਕੀ ਹੋਬੀ ਹੈ, ਤੋ ਇਸ ਲਈ ਮੈਨੇ ਕਹਾ ਰਾਸ਼ਦ ਭਾਈ ਮੁਝੇ ਵੀ ਚੈੱਕ ਕਰਾਓ ਇੱਕ ਵਾਰ, ਕਿਆ ਮਸਲਾ ਹੈ। ਤੋ ਫਿਰ ਨਿਕਲੇਂਗੇ ਬੂਰੇ ਵਾਲੇ, ਗਰਮੀ ਅੱਜ ਬੜੀ ਹੈ ਯਾਰ, ਹਵਾ ਪੂਰਾ ਨਹੀਂ ਚੱਲਣ ਦੀ, ਮੈਨੂੰ ਲੱਗਦਾ ਵੀ ਅੱਜ ਸਾਡੀ ਚੰਗੀ ਤਬਾਹੀ ਨਿਕਲੂਗੀ, ਅਤੇ ਐਵੇਂ ਜ਼ਿੱਦ ਕਰ ਗਏ ਅਸੀਂ ਮੋਟਰਸਾਈਕਲ ਵਾਲੀ, ਗੱਡੀ 'ਤੇ ਚਲੇ ਜਾਂਦੇ ਤਾਂ ਚੰਗਾ ਸੀ। ਇਹ ਰਜ਼ਵਾਨੇ ਦਾ ਸਾਰਾ ਕਸੂਰ ਹੈ ਇਸ ਗੱਡੀ ਆਵਾਜ਼ ਵਿੱਚੋਂ। ਉਹ ਮੇਰਾ ਬੜਾ ਸ਼ੌਕ ਸੀ ਜ਼ਿੰਦਗੀ 'ਚ ਕਦੀ ਬਰਾਈਡਰ ਲਊਂ, ਇਹ ਤਾਂ ਘਰੇ 150 ਲੈ ਲੈ ਬਰਾਈਡਰ ਮੈਨੂੰ ਦੇ ਦੇ। ਹੁਣ ਆਪਾਂ ਖੱਬੇ ਪਾਸੇ ਹਾਂ, ਨਹੀਂ ਉਹ ਜਿਹੜਾ ਕਾਲਾ ਬੰਪਰ ਸੀ ਨਾ ਉਹਨੂੰ ਚਾਈਨਾ ਸੰਗਲੀ ਪਈ ਸੀ, ਉਹ ਬਦਲਣੀ। ਲਓ ਜੀ, ਆਪਾਂ ਇੱਕ ਤਾਂ ਸੰਗਲੀਆਂ ਇੱਥੋਂ ਲੈਣੀਆਂ, ਅਤੇ ਦੂਸਰਾ ਮੈਂ ਕਮਰ ਨੂੰ ਜਿਹੜੀ ਪਲੇਟ ਕਹੀ ਸੀ, ਮਿੰਟ ਮਾਰਿਆ ਭਾਈ ਉੱਥੇ ਰੱਖੋ, ਮੈਂ ਆਇਆ ਕਮਰ ਨੇ ਮੇਰੀ ਪਲੇਟ ਕੱਢਣੀ ਸੀ, ਉਹ ਇਹਨੇ ਕੱਟੀ ਨਹੀਂ, ਇਹਦਾ ਮੈਂ ਇਲਾਜ ਕਰ ਲੈਣਾ ਜ਼ਰਾ ਇਹਦਾ। ਮੇਰੀ ਛੋਟੀ ਕਿੱਥੇ ਆ ਜਿਹਦਾ ਮੈਂ ਬੰਦਾ ਠੀਕ ਕਰਦਾ? ਕਿਆ ਹਾਲ ਹੈ, ਠੀਕ ਹੋ ਜੀ? ਮੇਰਾ ਬੇਟੋ ਤੁਸੀਂ ਜੀ। ਅਸਲਾਮ ਅਲੈਕੁਮ ਭਾਈ ਇਮਰਾਨ ਸਾਹਿਬ, ਇਹ ਵਾਲਾ ਤੁਹਾਡੀਆਂ ਪਲੇਟਾਂ ਦੋਨੋਂ ਰੈਡੀ ਹੋਈਆਂ ਪਈਆਂ, ਇਹਨਾਂ ਦੇ ਲਿਖਾਈ ਲਿਖੂਈ ਮੈਂ ਕੋਈ ਨਹੀਂ ਕਰਾਈ ਜੀ, ਇਹ ਤੁਹਾਨੂੰ ਇਨਸ਼ਾਅੱਲਾ ਮੈਂ ਹੁਣੇ ਆਇਆ ਤੋੜ ਦੇਖਣ ਵਾਸਤੇ, ਇਹ ਤੁਹਾਨੂੰ ਇਹ ਦੋ ਪੀਸ ਜਿਹੜੇ ਨਾ
ਇਹ ਭੇਜ ਦਿੰਦੇ ਆ। ਇਹ ਤੁਹਾਡੇ ਚੱਕਰ ਦੇ ਵਿੱਚ ਇਹਨਾਂ ਨੇ ਹੋਰ ਕਾਫੀ ਬਣਾ ਲਈਆਂ, ਆਹ ਵੇਖੋ ਕਿੰਨੀਆਂ ਹੀ ਬਣਾ ਲਈਆਂ। ਇਹਨਾਂ 'ਚੋਂ ਜਿਹੜੇ ਦੋ ਕਹਿੰਦੇ ਮੈਂ ਭੇਜ ਦਿੰਦਾ, ਕਈਆਂ ਤਾਂ ਮੈਂ ਸੀਗੀਆਂ ਕੋਈ ਸਾਫ਼ ਭੇਜਿਓ, ਬਾਕੀ ਤੁਹਾਨੂੰ ਪਤਾ ਇਹਨਾਂ ਇੰਡਸਟਰੀ ਵਾਲਿਆਂ ਦੇ ਕੰਮ ਇੱਦਾਂ ਦੇ ਹੀ ਹੁੰਦੇ ਆ। ਕਿਆ ਤਾਂ ਹੈ, ਬੜਾ ਸੋਹਣਾ ਕੰਮ, ਉਮੀਦ ਆ ਵੀ ਅੱਛਾ ਹੀ ਕਰਕੇ ਦੇਣਗੇ। ਇਹ ਇਹਨਾਂ ਨੇ ਬਣਾਈਆਂ CNC 'ਤੇ ਕਟਿੰਗ ਕਰਕੇ ਤਾਂ ਬੜੀ ਸਾਫ਼ ਸੁਥਰਾ ਜਿਹਾ ਮਾਲ। ਲਓ ਜੀ, ਇਹ ਸੰਗਲੀਆਂ ਸਾਂ ਮੰਗਵਾਈਆਂ ਨੇ ਸਪੈਸ਼ਲ ਮੀਆਂ ਅਜ਼ੀਮ ਸੇ ਬੰਪਰ ਵਾਸਤੇ। ਇਹ ਕੋ 8-10 ਹਜ਼ਾਰ ਦੀਆਂ ਮਿਲਣੀਆਂ ਸਾਨੂੰ। ਕਿੰਨੇ ਫੁੱਟ? 100 ਫੁੱਟ ਹੈ, 100 ਫੁੱਟ ਤੋਂ ਜ਼ਿਆਦਾ ਮੋਟੀ ਭਾਈ ਜਾਨ, 1.5 ਸੂਤਰ ਮੋਟੀ ਨਹੀਂ ਨਹੀਂ 1.5 ਫੁੱਟ 2.5 ਫੁੱਟ ਲੰਮੀ, 1.5 ਸੂਤਰ ਮੋਟੀ ਅਤੇ 1.5 ਫੁੱਟ ਹੀ 2 ਫੁੱਟ ਕਹੀ ਸੀ, 2 ਇੰਚੀ ਚੌੜੀ। ਹਾਂ, ਇੱਕ 2.5 ਸੂਤਰ ਕਾਬਲਿਆਂ ਵਾਲਾ ਬੰਪਰ ਬਣਦਾ ਪਿਆ, ਬਹੁਤ ਹੈਵੀ ਡਿਊਟੀ ਕਾਬਲੇ ਲਾਏ ਨੇ। ਸਾਹਿਬ ਜੀ, ਕੀ ਹਾਲ ਹੈ? ਇਹ ਕਾਬਲੇ ਮੁਜਾਹਿਦ ਕਿਸ ਨਜ਼ਰੀਏ ਨਾਲ ਲਾਏ ਨੇ ਆਚਾਰ? ਲਓ ਜਨਾਬ, ਇੰਝ ਖਾਣੇ ਪੈਂਦੇ ਨੇ ਛੋਟੇ ਛੋਟੇ ਤੱਕੇ ਠੁੱਡੇ। ਇਹ ਪਲੇਟਾਂ ਲਈ ਹੈ, ਪਲੇਟ ਬੁਰੇ ਵਾਲੂ ਲੱਭੀ ਹੈ, ਇਹ ਕੰਨ ਲਏ ਨੇ, ਸੰਗਲੀਆਂ ਲੈ ਲਈਆਂ, ਸਾਰਾ ਸਮਾਨ ਕੰਪਲੀਟ ਕਰਾ ਲਿਆ। ਨੇਮ ਪਲੇਟ ਜਿਹੜੀ ਆ ਉਹ ਗ੍ਰੈਂਡ ਹੋ ਰਹੀ ਆ, ਹੈਵੀ ਡਿਊਟੀ ਲੋਹੇ ਦੀ ਬਣਵਾਈ ਆ, ਅਤੇ ਬਲਕਿ ਜਿਹੜੇ ਮਟੀਰੀਅਲ ਦੀਆਂ ਮੇਰੇ ਛਾਵਾਂ ਲੱਗੀਆਂ ਨਾ, ਮੈਂ ਉਸ ਤੋਂ ਵੀ ਇਨਸ਼ਾਅੱਲਾ ਅੱਛੇ ਮਟੀਰੀਅਲ ਦੀਆਂ ਲਾ ਕੇ ਭਾਈ ਵਾਲੇ ਬੰਪਰ ਵਾਸਤੇ ਭੇਜਣੀਆਂ, ਕਿਉਂਕਿ ਉਹ ਮੇਰਾ ਟਰੈਕਟਰ ਆ, ਮੇਰੇ ਪਿਆਰ ਵਾਲਾ, ਅਤੇ ਮੇਰਾ ਬੜਾ ਸ਼ੌਂਕ ਵਾਲਾ ਟਰੈਕਟਰ ਆ ਉਹ, ਇਨਸ਼ਾਅੱਲਾ ਤਾਲਾ ਉਹਦੇ 'ਤੇ ਕੰਮ ਜਿਹੜਾ ਮੇਰੀ ਤਰਫੋਂ ਹੋਣਾ ਨਾ, ਉਹ ਵੀ ਇਨਸ਼ਾਅੱਲਾ ਸ਼ੌਂਕ ਨਾਲ ਹੀ ਹੋਏਗਾ। ਅਤੇ ਉਸਤਾਦ ਜੀ, ਉਹ ਨੇਮ ਪਲੇਟ ਆ ਗਈ ਜੀ ਤੁਹਾਡੇ ਕੋਲ? ਉਹ ਜਿਹੜੀ ਪਲੇਟ ਕੱਢ ਕੇ ਭੇਜੀ ਆ ਇਲਾਹੀ ਫਾਰਮ ਦੀ, ਕਿੱਥੇ ਆ ਉਹ? ਮੀਆਂ ਹੁਣਾਂ ਕੋਲ ਹੁਣ ਨਿਕਲੇ ਹਾਂ, ਅਸਾਂ ਜਾਊਂਗਾ ਵਿਕਾਸ ਕੋਲ। ਵਿਕਾਸ ਦਾ ਫੋਨ ਆ ਗਿਆ ਵੀ ਅਸੀਂ ਤੂੰ ਹੋਏ ਤੋਂ ਬਗੈਰ ਕਿਦਾਂ ਹੀ ਨਹੀਂ ਜਾਵਾਂਗਾ। ਇਹ ਜਨਾਬ ਵਿਕਾਸ ਸਾਹਿਬ ਦੀ ਇਹ ਵਰਕਸ਼ਾਪ ਆ, ਇੱਥੇ UPS ਤੁਹਾਡਾ ਤਾਂ ਠੀਕ ਹੋ ਰਿਹਾ ਨੇ? ਉਹ ਆਪ ਕੀ ਪਰਸੋਂ ਵੀ ਕਾਲ ਆਈ ਸੀ, ਮੈਂ ਆਪ ਕੋ ਬੁਲਾਇਆ ਤਾਂ ਇਹ ਉਰਦੂ ਵੀ ਬੋਲਦਾ ਹੀ ਹੋ ਲਾਹੌਰ ਮੇਂ ਥੋੜਾ ਜਿਹਾ ਮਸਲਾ ਹੋ ਗਿਆ। ਕੀ ਸੀਗਾ? ਟਰੈਕਟਰ ਕਾਦਾ ਇਹਨੇ ਗੱਡੀ ਟਰੈਕਟਰ ਵਾਲਾ ਆ ਦੇ ਵਿੱਚ ਆਪਣਾ ਟਰਾਲੇ ਚਲਵਾ ਲਓ, ਆਪਣਾ ਨਿਸ਼ਾਨ ਟਰਾਲਾ ਜਾਂ 10 ਵੀਲਰ ਚਲਵਾ ਲਓ, ਕਾਰ ਚਲਵਾ ਲਓ, ਇਹਨੇ ਜਿਹੜੀ ਚਮਰ ਚਲਵਾ ਲਓ। ਅੱਛਾ ਅੱਛਾ, ਅੱਗੇ ਇੱਕ ਲਗਵਾਇਆ ਆਪਾਂ ਟਰੈਕਟਰ, ਤਾਂ ਇਹ ਵੀਡੀਓ ਤੁਹਾਡੇ ਤੁਸੀਂ ਮੈਨੂੰ ਲੱਗਦਾ ਬਣਾ ਰਹੇ ਹੋ। ਇਸ ਵੀਡੀਓ ਦੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਦੱਸਣਾ ਆਵਾਮ ਨੂੰ ਕਿ ਟਰੈਕਰ ਵਾਲੀਆਂ ਜਿਹੜੀਆਂ ਕੁੜੀਆਂ ਫੋਨ ਕਰਦੀਆਂ ਨਾ, ਇਹਨਾਂ ਦੇ ਚਾਂਸਿਸ ਬਿਲਕੁਲ ਨਹੀਂ ਆਉਣਾ। ਇਹਨਾਂ ਨੇ ਅੱਗੇ ਆਪਣੇ ਕੋਲ 14,000 ਰੁਪਇਆ ਠੱਗ ਲਿਆ ਜੀ, ਇਹਨਾਂ ਨੇ ਜਨਾਬ ਆਪਣਾ ਟਰੈਕਰ ਲਗਾ ਦਿੱਤਾ, 1,000 ਰੁਪਏ ਰਜਿਸਟ੍ਰੇਸ਼ਨ ਫੀਸ ਸੀ ਆਪਣੀ, ਉਹ ਆਪਾਂ ਕਰਵਾਈ, ਕਰਵਾਉਣ ਤੋਂ ਬਾਅਦ ਇਹਨਾਂ ਦਾ ਬੰਦਾ ਆਇਆ ਜੀ, ਉਹ ਟਰੈਕਰ ਲਗਾ ਕੇ ਉਹਨੇ ਕਿਹਾ ਜੀ ਪੈਸੇ ਦੇ ਦਿਓ, ਟਰੈਕਰ ਤੁਹਾਡਾ ਐਕਟਿਵ ਹੋ ਜਾਏਗਾ ਥੋੜ੍ਹੀ ਦੇਰ ਬਾਅਦ। ਪੈਸੇ ਨਾਲ ਦੇਖਦੇ ਇੰਨੀ ਕੁ ਗਾਈ ਜੀ ਸੀ ਜਿਹੜੀ 100-150 ਰੁਪਏ ਦੀ ਆਉਂਦੀ, ਉਹਨਾਂ ਨੇ ਉਹ ਗੱਡੀ 'ਚ ਲਗਾ ਦਿੱਤੀ। ਲਗਾਉਣ ਤੋਂ ਬਾਅਦ ਉਹਨੇ ਕਿਹਾ ਜੀ ਹੁਣ ਤੁਹਾਨੂੰ ਕਾਲ ਆਏਗੀ, ਤੁਹਾਡਾ ਆਪਣਾ ਮੋਬਾਈਲ ਵਿੱਚ ਐਪਲੀਕੇਸ਼ਨ ਇੰਸਟਾਲ ਮੈਂ ਕਰ ਦਿੱਤੀ ਆ, ਥੋੜ੍ਹੀ ਦੇਰ ਬਾਅਦ ਐਕਟਿਵ ਹੋ ਜਾਏਗਾ। ਅਤੇ ਮੇਰਾ ਖਿਆਲ ਆ ਵੀ ਉਸ ਟਰੈਕਰ ਲੱਗੇ ਨੂੰ 7-8 ਮਹੀਨੇ ਹੋ ਗਏ ਆ, ਇਹ ਹਾਲੇ ਤੱਕ ਨਹੀਂ ਐਕਟਿਵ ਨਹੀਂ ਹੋਇਆ, ਐਕਟਿਵ ਹੀ ਨਹੀਂ ਹੋਇਆ। ਸਾਨੂੰ ਇੱਕ ਦਫ਼ਾ ਹੀ ਵੀ ਕਾਲ ਆਈ, ਮੈਂ ਗੱਡੀ ਦੀਆਂ ਤਾਰਾਂ ਵੀ ਖੁਦ ਲਾ ਦੀਆਂ, ਬੈਟਰੀ ਤੋਂ ਸਾਰਾ ਕੁਝ ਕਰਦਾ, ਲੇਕਿਨ ਮੈਨੂੰ ਹਾਲੇ ਤੱਕ ਕਾਲ ਨਹੀਂ ਆਈ। ਅੱਛਾ, ਫਿਰ ਮੈਂ ਇੱਕ ਦਿਨ ਜਾਣ ਬੁੱਝ ਕੇ ਕਾਲ ਕੀਤੀ ਉਹਨਾਂ ਦੇ ਨੰਬਰ 'ਤੇ, ਮੈਂ ਕਿਹਾ ਗੱਡੀ ਸਾਡੀ ਦੀ ਲੋਕੇਸ਼ਨ ਨਹੀਂ ਰੇਸ ਹੋ ਰਹੀ, ਸਾਨੂੰ ਦੱਸੋ ਵੀ ਕਿਹੜੀ ਜਗ੍ਹਾ 'ਤੇ ਗੱਡੀ ਸਾਡੀ, ਗੱਡੀ ਉਸ ਟਾਈਮ ਖੜੀ ਆਪਣੇ ਕੋਲ ਹੀ ਸੀ, ਉਹਨੇ ਕਿਹਾ ਤੁਹਾਨੂੰ ਦੱਸਦੇ ਹਾਂ। ਉਸ ਬਾਅਦ ਦੁਬਾਰਾ ਉਹਨਾਂ ਨੇ ਫੋਨ ਹੀ ਨਹੀਂ ਸੁਣਿਆ, 14,000 ਰੁਪਇਆ ਆਪਣਾ ਜਿਹੜਾ ਨਾ ਖੱਲੀ ਭੱਲੀ ਹੋ ਗਿਆ। ਇਹਦਾ ਮਤਲਬ ਕਿ ਟਰੈਕਰ ਕੰਪਨੀਆਂ ਦੇ ਚਾਂਸਿਸ ਨਹੀਂ ਆਉਣਾ, ਨਹੀਂ ਆਉਣਾ।
ਅੱਛਾ ਫਿਰ ਇੱਕ ਹੋਰ ਵੀ ਆ ਤੁਸੀਂ ਦੱਸਣਾ ਆ ਵੀਡੀਓ ਲਾਣੀ ਪੂਰੀ ਵੀ ਇਹ ਜਿਹੜਾ ਨਾ ਤੁਹਾਨੂੰ ਜੈਸੇ ਮੈਂ ਟਰੈਕਰ ਦਾ ਤੁਹਾਨੂੰ ਜਿਹੜੇ ਦਾ ਫਾਇਦਾ ਵਾ ਉਹ ਉਹਦਾ ਵਾ ਕਿ ਤੁਹਾਡੀ ਸਾਲਾਨਾ ਫੀਸ ਵਾਲਾ ਤੁਹਾਡਾ ਟਰੈਕਰ ਲੱਗੇ ਅਗਰ ਤੁਹਾਨੂੰ ਸੇਮ ਵਾਲਾ ਟਰੈਕਰ ਲਾ ਕੇ ਚਲੇ ਜਾਂਦੇ ਤੁਹਾਨੂੰ ਉਹਦਾ ਫਜ਼ੂਲ ਆ ਅਸੀਂ ਵੀ ਚਾਹ ਪੀਤੀ ਯਾਰ ਹੁਣ ਇਹ ਮੈਂਗੋ ਸ਼ੇਕ ਮੰਗਾ ਲਿਆ ਆਖਰੀ ਫੈਸਲਾ ਤੁਹਾਡਾ ਇਹ ਕਿਹੜੀ ਕੰਪਨੀ ਦਾ ਉੱਥੇ ਐਕਸਪਾਇਰੀ ਡੇਟ ਵੀ ਚੈੱਕ ਕਰ ਲੈਣੀ ਐਕਸਪਾਇਰੀ ਚੈੱਕ ਕਰ ਲੈਣੀ ਦੇਖੀ ਜੀ ਯੂਪੀਐਸਸੀ ਠੀਕ ਕਰੀ ਜਾਂਦਾ ਸਵੇਰ ਦੇ ਸ਼ੀਸ਼ਾ ਜਿਹਦੇ ਉੱਤੇ ਲੱਗਿਆ ਸ਼ੀਸ਼ਾ ਪਰ ਸਾਡੀ ਤਾਂ ਗੱਲ ਹੀ ਨਹੀਂ ਸੁਣਨ ਦਿੰਦੇ ਆ ਆਈਡੀ ਓਏ ਉੱਠੋ ਚਲੀਏ ਰਾਸ਼ਦ ਆਪਾਂ ਇਹ ਗੱਲ ਹੀ ਨਹੀਂ ਸੁਣਦਾ ਆਪਣੀ ਚਲੀਏ ਇਹ ਜਵੇਦ ਵਾਲਿਆਂ ਦੀ ਦੁਕਾਨ ਤੇ ਜਾਵੇ ਆ ਦੇ ਜਾਮ ਜਵੇਦ ਵਾਲਿਆਂ ਦੀ ਦੁਕਾਨ ਤੇ ਜਾ ਕੇ ਗੱਲ ਕਰਾ ਦੇ ਨਾ ਸਰ ਜੀ ਇਹ ਦੱਸਣ ਮਾਲਾ ਇਹ ਪਾਲਾ ਸਰ ਸਭ ਉਹ ਤੋਂ ਛਾਪੜ ਦੇ ਦਿਓ ਆ ਦਿਨ ਕੇ ਹਾਲ ਹੋਵੇ ਨਾ ਇਹਨੂੰ ਮੈਂ ਚੱਕ ਦੂੰਗਾ ਤੁਸੀਂ ਅਹੀਰ ਸਿੰਘ ਵੀ ਖੋਲ ਦਿਓ ਇਹ ਹਰ ਪਾਸੇ ਨਾ ਵੇਖੋ ਹਰ ਪਾਸੇ ਆ ਭੈਣ ਚੋ ਥੱਲੇ ਨੰਗੀਆਂ ਤਾਰਾਂ ਬਿਜਲੀ ਦੀਆਂ ਪਈਆਂ ਇਹ ਭੈਣ ਚੋ ਮੇਰੇ ਭਾਵੇਂ ਮੈਨੂੰ ਭਾਵੇਂ ਕਰੰਟ ਪੈ ਜਾਵੇ ਇਹ ਮੈਂ ਰਿਜ਼ਵਾਨ ਬਾਈ ਕੀ ਹਾਲ ਹੈ ਫੀਡਬੈਕ ਭਾਈ ਰਿਜ਼ਵਾਨ ਜਾਨ ਹੁਣ ਫੀਡਬੈਕ ਦੇਣਾ ਤੁਸੀਂ ਤੁਹਾਡਾ ਆ ਕੈਸਾ ਹੈ ਰਿਜ਼ਵਾਨ ਬਾਈ ਲੈ ਗਏ ਤੁਸੀਂ ਕੈਸਾ ਚੱਲ ਰਿਹਾ ਨੇ ਵੀ ਦੱਸੋ ਕਿੱਥੋਂ ਦੇ ਭਾਈ ਪੁੱਛੋ ਉਹਨਾਂ ਨੂੰ ਪੂਰਾ ਯਾਰ ਯਾਰ ਸਾਰਾ ਹੀ ਪੁੱਛਣ ਦਿਆ ਹੁਣ ਮੈਂ ਟਰੈਕਟਰ ਵਿੱਚ ਕਾਲਾ ਹੀ ਬਹੁਤ ਹੈ ਟਰੈਕਟਰ ਵਿੱਚ ਨਾ ਸਾਡੇ ਦੋਸਤ ਨੇ ਇਹ ਪਚਾਸੀ ਤੁਸੀਂ ਵੇਚਣਾ ਨਾ ਉਹਦੀ ਵੀਡੀਓ ਕਿਤੇ ਆਉਂਦੇ ਜਾਂਦੇ ਬਣਾ ਲਾਂਗੇ ਤੇ ਰਾਬਤਾ ਕਰਕੇ ਤੇ ਫਿਰ ਬਣਾ ਦਿਆਂਗੇ ਠੀਕ ਲਓ ਜੀ ਪਲੇਟਾਂ ਵਗੈਰਾ ਬਣ ਗਈਆਂ ਸੀਗੀਆਂ ਇੱਥੋਂ ਮੈਂ ਲੱਗਾ ਸੀ ਹੁਣ ਨਿਕਲਣ ਅਤੇ ਉੱਤੋਂ ਭਾਈ ਨਹੀਂ ਮਿਲਾਈ ਤਾਂ ਫੋਨ ਆ ਗਿਆ ਉਹ ਕਹਿੰਦੇ ਵੀ ਹੋ ਹੋ ਨਹੀਂ ਤੂੰ ਲਿਖਵਾਇਆ ਉਹ ਮੈਂ ਟਿਕਟੋਕ ਲਾ ਬੈਠਾ ਪਹਿਲੇ ਉਹ ਕਹਿੰਦੇ ਵੀ ਤੂੰ ਹੋ ਨਹੀਂ ਲਿਖਵਾਇਆ ਇਹਦੇ ਉੱਤੇ ਮੈਂ ਕਿਹਾ ਯਾਰ ਹੁਣ ਹੋ ਲਿਖਵਾ ਲੈਂਦੇ ਹੁਣ ਹੋ ਲਿਖਵਾਉਣ ਵਾਸਤੇ ਮਸ਼ੀਨ ਚਲਵਾਈ ਕਿਹੜਾ ਵੇ ਭਾਈ ਨਹੀਂ ਮਿਲਾਈ ਦੀ ਹੈਗੇ ਨੇ ਭਾਈ ਅਜ਼ੀਮ ਦੇ ਭਾਈ ਛੋਟੇ ਅਤੇ ਉਹਨਾਂ ਦੀ ਆਈ ਡੀ ਆ ਟਿਕਟੋਕ ਦੀ ਹੋ ਹੋ ਇਲਾਹੀ ਦੇ ਨਾਮ ਤੋਂ ਉਹ ਹੋ ਵਾਲੇ ਕੋਈ ਵੱਜਦੇ ਨੇ ਉਹਦੀ ਟਿਕਟੋਕ 'ਤੇ ਆਈ ਡੀ ਆ ਅਤੇ ਉਹ ਪਬਜੀ ਖੇਲਦੇ ਨੇ ਅਤੇ ਉਹ ਬਹੁਤ ਅੱਛੀ ਉਹਨਾਂ ਦੀ ਕੋਈ ਪੈਸੇ ਮਹਿੰਗੀ ਆਈ ਡੀ ਆ ਜਾਣੀ ਅੱਜ ਤੋਂ ਵਾਹਵਾ ਅਰਸਾ ਪਹਿਲੇ 25-30 ਲੱਖ ਰੁਪਏ ਦੀ ਤਾਂ ਆਈ ਡੀ ਸੀਗੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਆਈ ਡੀ ਆ ਇੱਕ ਆਪਣੇ ਭਾਈ ਨੇ ਉਹਨਾਂ ਦੀ ਤਾਂ ਉਹਨੇ ਕਿਹਾ 25-30 ਲੱਖ ਦੀ ਉਦੋਂ ਉਹਨੇ ਕਹੀ ਸੀ ਅਤੇ ਹੁਣ ਤਾਂ ਬਹੁਤ ਅਰਸਾ ਉਹਨਾਂ ਨੂੰ ਖੇਲਦਿਆਂ ਨੂੰ ਹੋ ਗਿਆ ਮੈਨੂੰ ਲੱਗਦਾ ਹੁਣ ਭਾਵੇਂ ਕੋਈ 50-60-70 ਲੱਖ ਦੀ ਹੋਵੇ ਉਹ ਅਤੇ ਉਹ ਪਬਜੀ ਵਗੈਰਾ ਯਾਨੀ ਉਹ ਸ਼ੌਕ ਤੋਂ ਖੇਲਦੇ ਨੇ ਉਹ ਹੋ ਲਿਖਿਆ ਹੋਇਆ ਉਹ ਹੋ ਹੁਣ ਕਟਵਾਉਣ ਵਾਸਤੇ ਦੁਬਾਰਾ ਫਿਰ ਬੈਠਾ ਮੀਆਂ ਕਮਰ ਸਾਹਿਬ ਜਿਹੜੇ ਆ ਉਹ ਕੱਟ ਰਹੇ ਨੇ ਹੋ ਮੈਂ ਕਹਿੰਦੀ ਹੋ ਲਿਖਾ ਦਿੰਦੇ ਹਾਂ ਰੱਬੋ ਮੈਂ ਹੈ ਇੱਥੇ ਸੀਗਾ ਤੁਸੀਂ ਤਾਂ ਫਿਰ ਉੱਥੇ ਜਾ ਕੇ ਮੈਂ ਗਰੈਂਡਰ ਜੇ ਨਾ ਹੀ ਹੋ ਲਿਖਾ ਦੇਣਾ ਸੀ ਉੱਥੇ ਹੋ ਗਿਆ ਸਟਾਰਟ ਬੀਪੀ ਲੋ ਰਹਿੰਦਾ ਬੀਪੀ ਲੋ ਰਹਿੰਦਾ ਕੀ ਦੱਸਾਂ ਮੈਂ ਤੁਹਾਨੂੰ ਮੇਰੇ ਦਿਲ ਵਿੱਚ ਉਹ ਰਹਿੰਦਾ ਬੀਪੀ ਲੋ ਰਹਿੰਦਾ ਬੀਪੀ ਲੋ ਰਹਿੰਦਾ ਕਿੰਨਾ ਹੋਇਆ 123
ਮੇਰੇ ਲੱਤਾਂ ਨੂੰ ਏਸੀ ਦੀ ਠੰਡੀ ਹਵਾ ਪੈਣ ਦੀ, ਲੱਤਾਂ ਦਾ ਲੋਹ ਹੋ ਗਿਆ, ਉੱਤੋਂ ਮੈਂ ਠੀਕ ਹਾਂ। ਚਲੋ ਜੀ, ਇਸ ਹੋ ਦੇ ਮਗਰ ਅਸੀਂ ਰੁਕੇ ਹੋਏ ਸੀਗੇ, ਐਂ ਜਨਾਬ ਹੋ ਦੀ ਪਲੇਟ ਆ ਗਈ। ਅੱਲਾ ਖੈਰ ਰੱਖਿਆ, ਅਸੀਂ ਖੈਰੀ ਸਲਾਮਤੀ ਗਏ ਹਾਂ ਪਹੁੰਚ, ਇਹ ਪਲੇਟ ਸਲੇਟ ਪਹੁੰਚ ਗਈ ਹੈ, ਇਹ ਹੁਣ ਇਹਦੇ ਉੱਤੇ ਇੱਥੋਂ ਲਵਾ ਲਵੂ ਕੇ ਰਿਕਸ਼ਾ ਪਹੁੰਚਦਾ, ਸਮਾਨ ਇੱਥੋਂ ਲਦਾ ਕੇ ਭੇਜ ਦੇਣਾ, ਸੰਗਲੀਆਂ ਲੈ ਆਉਂਦੀਆਂ ਅਤੇ ਇਹ ਪਲੇਟ ਵੀ ਲੈ ਆਉਂਦੀ ਹੈ। ਡੈਸ਼ਬੋਰਡ ਹਲੇ ਤਿਆਰ ਹੋ ਰਿਹਾ, ਅੱਧਾ ਤਿਆਰ ਹੋ ਗਿਆ, ਇਹ ਚੀਜ਼ਾਂ ਬਣਵਾ ਰਹੇ ਹਾਂ, ਇਨਸ਼ਾਅੱਲਾ ਕੰਪਲੀਟ ਕਰਕੇ ਫਿਰ ਦਿਖਾਵਾਂਗੇ ਤੁਹਾਨੂੰ। ਵਰਕਸ਼ਾਪ 'ਚ ਡਿਊਟੀ ਆ ਅਤੇ ਪੱਪੂ ਕੋਲੋਂ ਲੰਚ ਕੀਤਾ ਅਸੀਂ ਅੱਜ, ਦੁਬਾਰਾ ਫਿਰ ਵਰਕਸ਼ਾਪ ਹੀ ਹੈ। ਅੱਗੇ ਕੱਲ੍ਹ ਤਾਂ ਰੱਸਾ ਰੁੱਸਾ ਉਸਤਾਦ ਬਣ ਲੱਗ, ਨਹੀਂ ਜੰਪ ਜੁੰਪ ਲੱਗ ਕੇ ਤਾਂ ਹਾਰਡ ਆ ਨਾ ਸਖਤਲ। ਬੇਟਾ ਲਾਈਟਾਂ ਲਿਆਓ ਕਿਤੇ ਕੋਲ, ਚਲੋ ਅਮੀਨ ਸਾਹਿਬ ਇਹਨਾਂ ਨੂੰ ਦਿਓ ਚਾਬੀ, ਦਿਓ ਲਾਈਟਾਂ ਲੈ ਕੇ ਆਓ। ਉੱਤੇ ਚੜ੍ਹ ਕੇ ਇੱਥੇ ਖਲੋ, ਇੱਥੇ ਲਓ ਜੀ ਅਜ਼ੀਮ ਭਾਈ, ਇਹ ਆਪਕੀ ਲਾਈਟਾਂ, ਇਹ ਡੈਸ਼ਬੋਰਡ ਜਿਹੜਾ ਆਪਾਂ ਤਿਆਰ ਕੀਤਾ ਉਹ, ਅਤੇ ਇਹ ਸਾਰਾ ਕੁਛ ਰਖਾਤਾ। ਇਹਨੂੰ ਟੂਲ ਨੂੰ ਹੱਥ ਰੱਖ ਨਿੱਕਿਆ, ਟੂਲ ਨੂੰ ਹੱਥ ਰੱਖ ਹੈਂ। ਹਾਂ ਨਹੀਂ ਉਹਨਾਂ ਨੇ ਉਹ ਵੀ ਨਹੀਂ ਲਿਆ ਸੀ। ਅੱਛਾ ਜੀ ਇਹ ਦੇਖੋ ਜੀ, ਇਹ ਚੀਜ਼ ਤਿਆਰ ਹੋਈ ਹੈ, ਮਾਸ਼ਾਅੱਲਾ ਮਜ਼ਾ ਆ ਗਿਆ, ਬੜੀ ਬਿਹਤਰੀਨ ਚੀਜ਼ ਤਿਆਰ ਕੀਤੀ ਅਮੀਨ ਸਾਹਿਬ, ਇਹ ਚੀਜ਼ ਤਿਆਰ ਕੀਤੀ। ਜਦੋਂ ਪੇਂਟ ਹੋਏਗੀ ਇਨਸ਼ਾਅੱਲਾ ਤਾਲਾ ਤੈਨੂੰ ਮਜ਼ੀਦ ਦਿਖਾਵਾਂਗੇ। ਸੰਗਲੀਆਂ ਦੇ ਵਿੱਚ ਬੰਦ ਹੋ ਗਈਆਂ, ਵਾਛਲਾਂ ਵਿੱਚ ਬੈਂਡ ਹੋ ਗਈਆਂ, ਅਤੇ ਇਹ ਲਾਈਟਾਂ ਜਨਾਬ ਮਹਿਫੂਜ਼ ਕਰਕੇ ਵਿੱਚ ਰੱਖ ਦਿੱਤੀਆਂ ਅਸੀਂ, ਅਤੇ ਇਹ ਜਨਾਬ ਵਿੱਚ ਰੱਖ ਦਿੱਤੀਆਂ। ਅਤੇ ਚਲੋ ਬੇਟਾ ਜੀ ਛੱਡ ਦਿਓ, ਚਲੋ ਜੀ ਉਸਤਾਦ ਜੀ ਜਾ ਲਓ ਜੀ। ਇਹ ਖੈਰ ਕਰ ਰੱਖਿਆ ਗਿਆ, ਸਾਰੀ ਕੱਟ ਵੱਟ ਕਰਕੇ ਕੰਨ ਛੰਨ ਲਵਾ ਕੇ, ਨੇਮ ਪਲੇਟ ਅਤੇ ਉਹਨਾਂ ਪਰਾਂ ਦੇ ਆਹ ਰੋੜਾ ਕੱਢੀ ਬੇਟਾ ਅਗਲੀ ਸਾਈਡ ਤੋਂ। ਰਕਸ਼ਾ ਉਹਨਾਂ ਨੇ ਘੱਲਿਆ, ਔਰ ਫਿਰ ਸ਼ਾਮ ਦੇ ਵਕਤ ਲੱਗਾ ਚੱਕਰ ਖੇਤੀ ਵੱਲ ਨੂੰ, ਜਿਹੜੀ ਕਿ ਬਿਲਕੁਲ ਹੈ ਨਹੀਂ ਗੀ, ਅਤੇ ਮੈਂ ਕਿਹਾ ਚਲੋ ਵਿਹਲੇ ਬੈਠਣ ਨਾਲੋਂ ਜ਼ਰਾ ਫੇਰਾ ਡੋਰਾ ਮਾਰਿਆ ਵਾਂ। ਇਹ ਭਾਈ ਇਹਨਾਂ ਦੇ ਉੱਤੇ ਲੰਗੜਿਆਲ ਦੇ ਵੀ ਕੋਈ ਡੇਢ ਕੁ ਕਿੱਲਾ ਜਿਹੜਾ ਨਾ ਇਸ ਜ਼ਾਦੇ 'ਚ ਆਇਆ, ਲੇਕਿਨ ਦੁਬਾਰਾ ਹਰਾ ਹੋਣ ਲੱਗ ਪਿਆ, ਥੋੜ੍ਹਾ 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 ਜ਼ਿਆਦੇ 'ਚ ਆਇਆ। ਬਾਕੀ ਮਾਸ਼ਾਅੱਲਾ ਭਾਈ ਦੇ ਮੱਛਰੇ ਪਏ ਨੇ ਤੇੜ ਪੂਰੇ, ਆਪਣਾ ਤਾਂ ਫਿਰ ਮੂਲਾ ਜੋ ਚਿੱਟ ਹੋ ਗਿਆ। ਹੁਣ ਅਸੀਂ ਸੋਚ ਰਹੇ ਹਾਂ ਵੀ ਤੂੜੀ ਵੇਚ ਦਈਏ, ਕਿਉਂਕਿ ਬਾਰਿਸ਼ ਇੰਨੀ ਪਈ ਆ ਵੀ ਪਹਿਲੀ ਬਾਰਿਸ਼ 'ਤੇ ਮੇਰੀ ਧੜ ਤੋਂ ਤਾਂ ਤੂੜੀ ਨਜ਼ਰ ਆਉਣ ਲੱਗ ਪਈ ਹੁਣ ਜੀ, ਇੰਨੀ ਥੋੜ੍ਹੀ ਮਿੱਟੀ ਉਹਨਾਂ ਨੇ ਚਾੜੀ ਸੀ, ਐਡੇ ਕੋਈ ਬੇਵਕੂਫ ਕਿਸਮ ਦੇ ਮੱਥੇ ਲੱਗੇ ਸੀ ਬੰਦੇ, ਮਜ਼ਦੂਰੀ ਪੂਰੀ ਲੈ ਗਈ ਆ। ਅੱਛਾ ਮੈਂ ਤੁਸੀਂ ਦੇਖਿਆ ਹੋਊਗਾ, ਲੋਕ ਅਕਸਰ ਕਹਿ ਦਿੰਦੇ ਆ ਇਹ ਮਜ਼ਦੂਰ ਕੇ ਸਾਥ ਜ਼ੁਲਮ ਹੋ ਗਿਆ ਹੈ ਅਤੇ ਫਲਾਨਾ ਹੋ ਗਿਆ ਹੈ, ਮਜ਼ਦੂਰ ਵੀ ਕਿਹੜਾ ਢਿੱਡੋਂ ਹੋ ਕੇ ਕੰਮ ਕਰਦੇ ਨੇ। ਹਾਲਾਂਕਿ ਮੈਂ ਉਹਨੂੰ ਮਜ਼ਦੂਰੀ ਦੇਣ ਲੱਗਿਆ, ਕਿਹਾ ਮੈਂ ਕਿਹਾ ਯਾਰ ਤੂੰ ਮਜ਼ਦੂਰੀ ਪੂਰੀ ਲੈਂਦਾ ਪਿਆ ਅਤੇ ਤੂੰ ਮੇਰੀ ਧੜ ਸਹੀ ਨਹੀਂ ਲਿਪੀ, ਉਸ ਆਖਿਆ ਭਾਈ ਆ ਖੈਰ ਏ ਤੂੰ ਵੇਖੇ ਤਾਂ ਸਹੀ, ਇਹੋ ਜਿਹੀ ਕਦੇ ਧੜ ਦੇਖੀ ਨਾ ਹੋਏਗੀ ਲਿਪੀ ਹੋਈ, ਤਾਂ ਆਹ ਦੇਖ ਲਓ ਸਾਰੀ ਤੂੜੀ ਬਾਹਰ ਆ ਗਈ ਹੈ, ਤਾਂ ਪਿੱਛੇ ਹੁਣ ਬਸ ਅਗਲੀ ਇੱਕ ਬਾਰਿਸ਼ ਪਈ ਅਤੇ ਤੂੜੀ ਸਾਰੀ ਖਰਾਬ। ਆਹ ਕਿੱਲਾ ਵੀ ਲਗਾ ਗਿਆ ਸੀ ਆਪਣਾ,
ਇਹ ਵੀ ਅੱਲਾ ਨੂੰ ਪਿਆਰਾ ਹੋ ਗਿਆ ਏਕੜ। ਇਹ ਜਨਾਬ ਸਾਡੇ ਗੁਆਂਢੀ ਆ, ਇਹਨਾਂ ਨੇ ਕੁੱਕੜੀਆਂ ਛੁੱਕੜੀਆਂ ਵੀ ਇੱਥੇ ਹੀ ਛੱਡਣੀਆਂ ਹੁੰਦੀਆਂ, ਅਤੇ ਸੜਕ ਦੇ ਨਾਲ ਕੱਚ ਵੀ ਸਾਡੀ ਖੇਤੀ 'ਚ ਸਿੱਟਣਾ ਹੁੰਦਾ ਆ, ਅਤੇ ਹੱਗਣਾ ਵੀ ਵੱਟ ਦੇ ਉੱਤੇ ਹੁੰਦਾ ਵੀ ਜਿੱਥੋਂ ਅਸੀਂ ਲੰਘਣਾ ਹੋਵੇ। ਅਤੇ ਤੁਸੀਂ ਇਹਨਾਂ ਨੂੰ ਕਹਿ ਦਿਓ, ਇਹ ਕਹਿ ਦਿੰਦੇ ਆ ਬਸ ਬਾਲਾ ਮੁੜ ਬਾਲ ਮੁੜ ਘਰ ਲੈਂਦੇ ਮੁੜ ਕੇ ਕਰੀਏ। 3 ਕਿੱਲਿਆਂ 'ਚੋਂ 1 ਵਿਘਾ ਆਪਣੇ ਕੋਲ ਬਚਿਆ ਜਿਹਦੇ ਵਿੱਚ ਗੰਜੇ ਕਾਣੇ ਜਾਂ 4 ਦਾਣੇ ਪਏ ਆ, ਬਾਕੀ ਸਭ ਅੱਲਾ ਨੂੰ ਪਿਆਰੀ ਹੋ ਗਈ ਖੇਤੀ। ਅਤੇ ਇਹ ਹੁਣ ਮੇਰਾ ਇਰਾਦਾ ਆ ਵੀ ਇੱਥੇ ਰੂਟਰ ਜਿਹਾ ਮਾਰ ਹੀ ਦਈਏ, ਕੋ ਹਲ ਹੂਲ ਜਿਹਾ ਮਾਰ ਕੇ ਇਹਨਾਂ ਨੂੰ ਪੱਟ ਕੇ ਰੱਖ ਦਈਏ, ਚਲੋ ਹਵਾ ਹਵੂ ਤਾਂ ਫਿਰਦੀ ਰਹੇ ਇਹਨੂੰ, ਇੱਦਾਂ ਬੰਦ ਪਈ ਨਾਲੋਂ ਖੋਲ੍ਹ ਕੇ ਇਹਨੂੰ ਸਿੱਟ ਦਈਏ ਵਾਹ ਵੂਗ। ਅਤੇ ਇਹਨਾਂ ਨੂੰ ਨਜ਼ਰ ਨੁਜ਼ਰ ਮਾਰ ਕੇ ਹਟੇ ਹਾਂ ਅਤੇ ਬਾਬਰ ਖਾਨ ਭਾਈ ਦਾ ਫੋਨ ਆ ਗਿਆ ਅੱਜ, ਆਖੇ ਯਾਰ ਮੈਂ ਨਿਕਲਿਆ ਅੱਜ ਲਾਕਿਆਲ ਨੂੰ ਅਤੇ ਤੂੰ ਕਿੱਥੇ ਆ? ਮੈਂ ਕਿਹਾ ਮੈਂ ਘਰ ਹੀ ਹਾਂ। ਅਤੇ ਭਾਈ ਕਹਿੰਦੇ ਵੀ ਜਾਂ ਤੇਰੇ ਵੱਲ ਆ ਜਾਂ ਚੱਕਰ ਲਾਉਂਦਾ ਮੈਂ ਅਤੇ ਜਾਂ ਤੂੰ ਉਰਾਂ ਆ ਜਾ। ਮੈਂ ਕਿਹਾ ਵੀ ਨਹੀਂ ਤੁਸੀਂ ਉਰਾਂ ਆ ਜਾਓ, ਮੈਂ ਘਰੇ ਜਾਂਦਾ ਪਿਆ। ਫਿਰ ਦੁਬਾਰਾ ਹੁਣ ਗੱਲ ਹੋਈ ਜਾਂ ਤਾਂ ਵੀ ਨਹੀਂ ਤੂੰ ਉਰਾਂ ਆ ਜਾ। ਆਖੇ ਸ਼ਮਸ ਪਤਾ ਨਹੀਂ ਮੱਝਾਂ ਲੂਣ ਦਿੱਤੀ ਜਾਂਦਾ ਕਿ ਪਤਾ ਨਹੀਂ ਕੀ ਕਰੀ ਜਾਂਦਾ, ਲੂਣ ਤਾਂ ਖੈਰ ਉਹਨੇ ਕੀ ਦੇਣਾ ਹੈ। ਆਖੇ ਕੋਈ ਕੰਮ ਕਰੀ ਜਾਂਦਾ, ਮੈਂ ਕਿਹਾ ਵੀ ਕੰਮ ਇਹਨੂੰ ਕੀ ਕਰ ਆ ਗਿਆ, ਵਿਹਲਾ ਬੰਦਾ। ਅਤੇ ਇੱਥੇ ਦਿਲਾਂ ਨੂੰ ਨਜ਼ਰ ਮਾਰਦਾ ਮਾਰਦਾ ਮੈਂ ਕਿਹਾ ਚਲੋ ਵੀ ਇੱਧਰ ਨੂੰ ਆ ਜਾਂਦਾ ਮੈਂ। ਚੌਰੀਆਂ ਕੋਲ ਪਹੁੰਚਿਆ ਤਾਂ ਚੌਰੀ ਤਾਂ ਡੇਰੇ ਕੋਈ ਨਹੀਂ, ਅਤੇ ਖਾਣ ਦੀ ਵੀ ਮੋਟਰ ਖੜ੍ਹੀ ਹੈ, ਪਤਾ ਨਹੀਂ ਕਹਿ ਨੂੰ ਗਏ ਆ। ਹੈ ਸਾਢੇ 7 ਕਿਲੋ ਹੋ ਗਏ। ਲੋ ਜੀ ਇੱਥੇ ਮਕਾਈ ਵੀ ਵਿਕਦੀ ਹੈ, 2.5 ਕਿਲੋ ਹੋ ਗਈ। ਲੈ ਬਈ 2.5 ਕਿਲੋ, ਕਿੰਨੇ ਰੁਪਏ ਕਿਲੋ ਲਈ ਬਈ? 30 ਰੁਪਏ। 30 ਰੁਪਏ ਲਓ ਜੀ, 3 × 4 = 12, ਇਹ 1200 ਰੁਪਏ ਕਿਲੋ ਦੇ ਹਿਸਾਬ ਨਾਲ ਜਨਾਬ ਇੱਥੋਂ ਲਈ ਜਾ ਰਹੇ ਨੇ ਮਕਾਈ। ਇਹ ਸ਼ਮਸ ਭਾਈ ਦਾ ਮੁਲਾਜ਼ਮ ਸ਼ੋਰ ਆ ਡੰਗਰਾਂ 'ਚ, ਆਰਾਮ ਨਾਲ ਇੱਥੇ ਕੰਡੇ 'ਤੇ ਤੋਲ ਕੇ ਇਲਾਕੇ ਦੇ ਬੱਚਿਆਂ ਕੋਲੋਂ 30 ਰੁਪਈਏ ਦੇ ਹਿਸਾਬ ਨਾਲ ਜਨਾਬ ਮਕਾਈ ਲਈ ਜਾਂਦਾ, ਅਤੇ ਚੁੱਪ ਕਰਕੇ ਇਹਨੇ ਵੇਚ ਲੈਣੀ ਹੈ। ਅਤੇ ਜੇ ਚੌਧਰੀ ਨੂੰ ਪਤਾ ਲੱਗ ਗਿਆ ਤਾਂ ਚੌਧਰੀ ਨੇ ਇਹਨੂੰ ਲਿਟਰੇਸ਼ਨ ਬੜੀ ਫੇਰਨੀ ਹੈ। ਚੌਧਰੀ ਮੇਰਾ ਕਿਤੇ ਵਲੋਗ ਨਾ ਦੇਖ ਲਵੇ, ਵਲੋਗ ਦੇ ਵਿੱਚੋਂ ਕੱਟ ਦਿਆਂਗਾ ਮੁੰਡੇ ਨੂੰ। ਉਹ 30 ਰੁਪਏ ਦੇ ਹਿਸਾਬ ਨਾਲ ਮਕਾਈ ਖਰੀਦੀ ਆਉਂਦਾ, 4×3 = 12, 1200 ਰੁਪਈਆ ਬਣਿਆ, ਅਤੇ 2020-30 ਰੁਪਈਏ ਨੂੰ ਵਿਕਣ ਦਈ ਉਂਝ ਮਕਾਈ। ਇਹ ਸਾਫ਼ ਸੁਥਰੀ ਮਕਾਈ ਹੋਣੀ ਹੈ, ਕੋਈ ਡੈਡ ਮਾਲ ਨਹੀਂ ਹੋਣਾ। ਇਹ ਛੱਲੀਆਂ ਛੁੱਲੀਆਂ ਬਾਲ ਜਿਹੜੇ ਚੁਗ ਲੈਂਦੇ ਆ, ਅਤੇ ਮੁੜ ਕੇ ਜਾਂ ਤੋੜ ਤੂੜ ਲੈਂਦੇ ਸੱਜੇ ਖੱਬੇ ਹੱਥ ਹੁੱਥ ਮਾਰ ਕੇ, ਅਤੇ ਐਂਡ ਕੁੱਤਾ ਵੀ ਨਾ ਪੈ ਜਾਵੇ। ਸ਼ੈ ਵੀ ਕੋਈ ਨਹੀਂ ਕੋਲ ਮੇਰੇ, ਲੇਤਰ ਹੀ ਲਾ ਲਾਂਗਾ ਫਿਰ। ਘਰ ਬੈਠੇ ਆ ਵਿਹਲੀ, ਆਵਾਜ਼ ਆ ਰਹੀ ਹੈ। ਦੇਖਾਂਗੇ ਵਿੱਚ ਕੀ ਬਚਦਾ।
ਪਤਾ ਲੱਗਾ ਵੀ ਇਹਦੀ ਬੈਟਰੀ ਖਤਮ ਹੋ ਗਈ ਹੈ ਬਿਲਕੁਲ। ਕੋਈ ਗੱਲ ਨੀ, ਮੈਨੂੰ ਇਹ ਖਦਸ਼ਾ ਵੀ ਇਹਦੇ ਟਾਇਰ ਨਾ ਖਤਮ ਹੋ ਜਾਣ ਖੜੇ ਖੜੇ, ਟਾਇਰ ਨਾ ਹਾਰਡ ਹੋ ਜਾਣ। ਅੱਛਾ, ਮੈਂ ਕਿਹਾ ਪਿਛਲੇ ਦਿਨ, ਮੈਂ ਕਿਹਾ ਯਾਰ ਇਹਨੂੰ ਕੱਢ ਮਾੜਾ ਜਾ, ਇਹਨੂੰ ਕਿਸੇ ਪਾਸੇ ਚਲਾਈਏ ਚਲੂਈਏ, ਇਹਦੇ ਵੀ ਟਾਇਰ ਖਤਮ। ਚੇਂਜ ਨਾ ਕਰ ਦੇਈ, ਆਲਟੋ ਮੇਰੇ ਕੋਲ ਖੜੀ, ਉਹ ਮੈਨੂੰ ਦੇ ਦੇ। ਕਿਹੜਾ ਮਾਡਲ? 22 ਦੇ ਐਂਡ ਵਾਲੀ 24 ਦਾ ਨੰਬਰ ਲੱਗਿਆ, ਚੱਲੀ ਹੈ ਥੋੜੀ ਐਵੇਂ 15-17 ਦਾ ਚੱਲੀ। ਰੰਗ ਵਾਈਟ, ਪੰਜਾਬ ਨੰਬਰ, ਫਸਟ ਓਨਰ, ਟਾਇਰ ਸ਼ਾਇਰ ਚੇਂਜ, ਐਲਸੀਡੀ, ਔਰ ਕੀ ਕਹਿੰਦੇ ਉਹਨੂੰ ਆਪਣਾ, ਪੂਰੀ ਤਿਆਰ ਗੱਡੀ। ਇਹ ਉਹ ਮਤਲਬ ਇਸ ਕਾਰ ਤੋਂ ਬਹੁਤ ਬਾਹਰ ਹੈ ਬਾਡੀ, ਟਾਇਰ ਚੰਗੇ, ਟਾਇਰ ਬ੍ਰਿਜਸਟੋਨ ਦੇ, ਔਰ ਜਿਹੜੀ ਆਪਣੇ ਵਾਲੀ ਖੜੀ ਹੈ ਘਰ ਦੇ ਹੀ ਵਾਲੀ, ਉਹੀ ਕੰਡੀਸ਼ਨ। ਅੱਛਾ, ਹਾਂ, ਉਹ ਫਰਕ ਵੀ ਨਹੀਂ। ਕਿੰਨੇ ਕੁ ਮੁੱਲ ਦੀ ਆ ਉਹ ਹੈ ਆਪਣਾ ਡਿਮਾਂਡ ਕਰ ਰਹੇ 25-75। ਅੱਛਾ ਅੱਛਾ, ਇਹ ਕਿੰਨੇ ਦੀ ਜਾਊਗੀ? ਇਹਦਾ ਨੁਕਸਾਨ ਤਾਂ ਨਹੀਂ ਹੋਏਗਾ। ਅੱਛਾ, ਹਾਂ, ਜਿੰਨੇ ਦੇ ਲਈ ਆਪਣੇ ਉਹਦੇ ਨੁਕਸਾਨ ਹੁੰਦਾ, ਫਿਰ ਕੀ ਫਾਇਦਾ। ਹਾਂ, ਇਹ ਹੈ, ਇਹ ਹੈ ਵੀ ਥੋੜੀ ਜਿਹੀ ਬਿਹਤਰ ਹੋ ਜਾਏਗੀ ਇਹ ਗੱਡੀ ਜੇ। ਇਹਦੇ ਵਿੱਚ ਖਾਣਾ ਵੇਖੀਆਂ, ਤਰਪਾਲ ਵੱਜ ਵੱਜ ਕੇ ਇਹ ਬੰਪਰ ਸ਼ੰਪਰ ਤਬਾਹ ਕਰ ਲਏ ਇਹਨਾਂ ਨੇ, ਜਿੰਨੀ ਚੱਲੀ ਖੜੀ ਹੈ। ਹਾਲਾਂਕਿ ਇਹਨੇ ਟੇਢੀ ਵੀ ਖੜੀ ਕੀਤੀ, ਲੇਕਿਨ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਗੱਡੀ 0 ਮੀਟਰ ਖੜੀ, ਲੇਕਿਨ ਜਿਹੜੀ ਹਾਲਤ ਕੀਤੀ ਖੜੇ ਨੇ ਇੱਧਰ ਵੇ, ਜਿਹੜੀ ਹਾਲਤ ਕੀਤੀ ਖੜੇ ਨੇ ਯਾਰ, ਖੜੋਤੀ ਦਾਗੀ ਹੋਈ ਹੈ, ਚਲਾਈ ਨਹੀਂ ਇਹਨੇ। ਅੱਛਾ, ਖਲੋਤੀ ਦੀ ਹਾਲਤ ਇਹਨੇ ਇੱਦਾਂ ਕਰ ਦਿੱਤੀ ਜਿਵੇਂ ਕੋਈ 50,000 ਚੱਲੀ ਹੁੰਦੀ। 50,000 ਤੋਂ ਵੀ ਜਿਵੇਂ ਜ਼ਿਆਦਾ ਚੱਲੀ। ਐ ਵੇਖਣਾ ਹੁਣ ਲਾਈਟਾਂ ਗੱਡੀ ਦੀਆਂ ਦੱਸਦੀਆਂ ਵੀ, ਗੱਡੀ ਭੈਣ ਚ ਫਰੈਸ਼ ਪੀਸ, ਇੱਧਰ ਚੈੱਕ ਕਰ, ਠੀਕ ਹੈ, ਤੇ ਛੋਟੇ ਛੋਟੇ ਦਾਗ ਇਹਦਾ। ਨੰਬਰ ਪਲੇਟ ਦੇਖ ਯਾਰ ਕਿਵੇਂ ਦੀ ਲਾਈ। ਲੈ ਵਾਹ, ਇਹ ਲਾ ਯਾਰ, ਮੈਂ ਫਿਰ ਦਿਨ ਕਿਹਾ, ਮੈਂ ਕਿਹਾ ਪਹਿਲਾਂ ਦਫਾ ਕਰ ਜੀ ਯਾਰ, ਲਾਈ ਨੂੰ ਦਿਨ ਦੀ ਲਈ ਹੈ ਵਲ ਲੈ ਲੈ, ਨੰਬਰ ਪਲੇਟ ਨਹੀਂ ਇਹਨੇ ਚੇਂਜ ਕੀਤੀ। ਔਰ ਮਦਦ ਦੀ ਗੱਲ, ਮੈਂ ਸਮਝੀ ਵੀ ਇਹਦੀ ਨੰਬਰ ਪਲੇਟ ਟੁੱਟੀ, ਉਹ ਬੌਖਰ ਜੇ ਇਹਦਾ ਝਾੜੂ ਵਾਲਾ ਤੀਲਾ ਹੈ, ਅੱਜ ਤੱਕ ਵਿੱਚ ਨਹੀਂ ਕੱਢਿਆ। ਅੱਛਾ, ਮੈਂ ਅਰੇ ਕਿਤਨੇ ਅਰਸੇ ਦਾ ਹੈ, ਕਮ ਸੇ ਕਮ ਇਹਨੂੰ 2-4 ਮਹੀਨੇ ਹੋ ਗਏ ਇਸ ਤੀਲੇ ਨੂੰ। ਹਾਂਜੀ, ਮੈਂ ਕਿਹਾ ਨੰਬਰ ਪਲੇਟ ਪਿੱਛੇ ਤੋੜੀ ਫਿਰਨਾ, ਇਹ ਤਾਂ ਚੇਂਜ ਕਰ ਦੇ, ਆ ਤੀਲੇ ਨੇ 3-4 ਮਹੀਨੇ ਹੋ ਬਣਾ ਲਏ। ਅੱਛਾ, ਨਹੀਂ ਮੈਂ ਹੁਣ ਕਾਖਾਨ ਕਿਹਾ ਉਹਨੂੰ, ਕਹਿੰਦਾ ਹੁਣ ਨਹੀਂ ਹੈਵਲ ਲੈਣੀ, ਕਹਿੰਦਾ ਹੁਣ H6 ਫਾਰਚੂਨਰ ਤੇ ਜਾਈਏ ਚੋਰੀਆਂ ਦਾ, ਨਹੀਂ ਯਾਰ ਹੈਵਲ ਲੈਣੇ। ਮੈਂ ਕਿਹਾ ਫਾਰਚੂਨਰ ਤੇ ਚੋਰੀ ਨੂੰ ਕਿਹਾ ਸੀ ਵੀ ਜਾਈਏ ਚੋਰੀਆਂ ਦਾ, ਨਹੀਂ ਹੈਵਲ ਲੈ। ਅਰਸਲਾਨ ਯਾਰ, ਤੂੰ ਆਪਣਾ ਉੱਥੇ ਟੂਬਲ ਤੇ ਪਿਆ ਰਿਹਾ ਕਰ, ਤੇਰਾ ਵਲੌਗ ਦੇ ਵਿੱਚ ਉਹ ਦਿਨ ਬੜਾ ਪੀਸ ਕੱਟਿਆ ਮੈਂ, ਉਹ ਪੀਸ ਕੱਟਤਾ ਜਿਹੜਾ ਤੂੰ ਗਿਆ। ਅਰਸਲਾਨ ਕਹਿੰਦਾ ਨਾ ਯਾਰ, ਮੇਰਾ ਤਾਂ ਕੰਮ ਨਾ ਕਿਤੇ ਖਰਾਬ ਕਰ ਦਿਓ। ਵੱਡੇ ਰੂਟਰ ਦਾ ਨਾ, ਵੱਡੇ ਰੂਟਰ ਦਾ ਨਾ ਹੈ ਉਹ ਯਾਰ, ਇੱਕ ਸਾਈਡ ਆ ਨਾ, ਏਦਾਂ ਦੇਖਣ ਨੂੰ ਸਹੀ ਲੱਗਦਾ, ਲੇਕਿਨ ਉਹ ਦੂਸਰੀ ਪੀਟੀਓ ਤੇ ਕਿਉਂ ਨਹੀਂ ਚੜਦਾ? ਇਹ ਪਤਾ ਨਹੀਂ ਕਿਉਂ ਨਹੀਂ ਚੜਦਾ, ਜਾਂ ਉਹਦਾ ਗੁੱਲਾ ਬਦਲਿਆ ਹੈ ਸੀ ਇੱਕ ਵਾਰੀ, ਹੈ ਸੀਟ ਦਾ ਇੱਕੋ ਹਿਸਾਬ, ਨਹੀਂ ਹਿਸਾਬ ਇੱਕੋ ਹੁੰਦਾ, ਗੁੱਲਾ ਨਹੀਂ ਗਲਤ ਹੁੰਦਾ। ਇਹ ਝਰੀਆਂ ਮੋਟੀਆਂ ਇਹਦੀਆਂ, ਉਹਦੀਆਂ ਝਰੀਆਂ ਜਾਂ ਤਾਂ ਬਰੀਕ ਆ। ਏਡਾ ਵੀ ਨਹੀਂ ਸ਼ਾਜੀ ਹੈ, ਦੰਦੇ ਏਡੇ ਵੀ ਨਹੀਂ ਤਿੱਤੇ ਹੋਏ ਹੋਗੇ। ਨਹੀਂ ਨਹੀਂ ਏਡੇ ਨਹੀਂ ਫਿੱਸੇ ਹੋਏ, ਏਡੇ ਤਾਂ ਉੱਠ ਗਿਆ ਇਹ, ਉੱਥੇ ਚੜਦਾ ਨੀ ਸੌਦਾ। ਮੈਸੇਜ ਪਾਇਆ, ਮੈਸੇਜ ਖੁੱਲੀਆਂ
ਸਾਰਾ ਖਾਨ ਕੋਈ ਚੀਜ਼ ਨਹੀਂ ਜੀ ਟੁੱਟ ਭੱਜ ਉਹ ਤੁਹਾਡੇ ਵਾਲਾ ਕ੍ਰਾਸ ਨਹੀਂ ਚੜਦਾ ਇਸ ਹੁਣ ਆਪਣੇ ਕੋਲ ਦੋ ਕਮੀਆਂ ਇੱਕ ਰੂਟਰ ਦੀ ਇੱਕ ਵੱਟਾਂ ਪਾਉਣ ਵਾਲੇ ਦੀ ਵੱਟਾਂ ਪਾਉਣ ਵਾਲਾ ਹੋਆ ਬਾਰ ਉਹ ਘੁੱਸ ਗਿਆ ਉਹਦੇ ਕੋਲ ਰਹੀ ਕੋ ਬਣਿਆ ਸੀ ਪੰਜ ਥਾਲੀਆਂ ਵਾਲਾ ਅਸਲ ਤੁਸੀਂ ਬੈਠੇ ਮੋਢ ਚ ਅਗਲੇ ਅਗਲੇ ਇਲਾਕੇ ਦਾ ਪਾਣੀ ਚੱਲਦਾ ਰਹਿੰਦਾ ਹੋਣਾ ਚਾਰ ਚਾਰ ਦਿਨ ਪਾਣੀ ਪਾਈ ਇਸ ਪਾਣੀ ਫੋਟੋ ਪਾ ਦੇ ਨਿੱਤਰ ਕੇ ਨੀ ਆ ਰਿਹਾ ਨਹਿਰ ਦਾ ਪਾਣੀ ਦੇਖ ਲਾ ਅਸੀਂ ਤਰਸਦੇ ਹਾਂ ਨਹਿਰੀ ਪਾਣੀ ਬਦਲੇ ਇਹਨਾਂ ਦਾ ਖਾਲਾ ਨੀ ਕੱਢਦਾ ਕੋਈ ਇੱਥੋਂ ਇੱਥੇ ਤੱਕ ਬਸ ਯਾਰ ਪਾਣੀ ਦੇ ਵੀਡੀਓ ਤੇ ਪਾ ਚਿੱਟਾ ਪਾਣੀ ਪਿੱਛੋਂ ਜਾ ਕੇ ਦੇਖ ਲਾ ਪਿਛਲਾ ਪਾਣੀ ਗੰਦਾ ਹੋਇਆ ਅਗਲਾ ਪਾਣੀ ਸਾਫ ਜਾ ਰਿਹਾ ਟੂਬਲ ਦਾ ਐਂ ਚੈਨ ਨਿੱਤਰ ਨਿੱਤਰ ਕੇ ਆ ਰਿਹਾ ਖਾਲੇ ਦੇ ਵਿੱਚ ਤਾਂ ਜਗਾ ਇੱਦਾਂ ਯਾਰ ਆਪਣੇ ਤਿੰਨ ਬੰਦੇ ਭੇਜਦੇ ਤਿੰਨ ਬੰਦੇ ਕਿੰਨਾ ਕੁ ਕੱਢਣ ਬੰਦੇ ਨੂੰ ਆਹ ਵੀ ਗੁੱਸਾ ਆ ਜਾਂਦਾ ਵੀ ਅਗਲਾ ਬੰਦਾ ਕਿਉਂ ਨੀ ਹਾਂ ਭਾਈ ਵਾਲੀ ਕਿਉਂ ਨੀ ਕੱਢਦਾ ਮੈਂ ਨਾ ਬਾਈ ਜ਼ਰੂਰਤ ਨਹੀਂ ਹੈ ਨਾ ਕਿਸੇ ਨੂੰ ਪਾਣੀ ਮਿੱਠ ਸਾਰਿਆਂ ਦੇ ਟੂਵਲ ਲੱਗੇ ਆ ਤੇ ਪਾਣੀ ਹੈਗੇ ਮਿੱਠੇ ਜੇ ਕਿਸੇ ਦਾ ਕੌੜਾ ਹੁੰਦਾ ਉਹ ਵੀ ਤਾਂ ਖਾਟੀ ਦੋ ਦਵਾ ਸੀ ਜਾਂ ਕਿਸੇ ਦੀ ਜਿਹਦਾ ਚੱਕਾਂ ਦੇ ਵਿੱਚ ਨਹੀਂ ਮਿੰਟ ਮਿੰਟ ਭੌਣ ਲਾ ਦਿੰਦੇ ਇੱਥੇ ਜੇ ਉਹ ਕੁਝ ਗੋਲੀ ਚੱਲ ਜਾਣੀ ਸੀ ਇੱਕ ਮਿੰਟ ਬਦਲੇ ਜੇ ਪਾਣੀ ਹੁੰਦਾ ਨਾ ਕੌੜਾ ਤਲੜਾ ਮਿੰਟ ਮਿੰਟ ਮੇਰੇ ਖਾਨ ਸਾਹਿਬ ਬੰਦੇ ਫੜਕਾ ਦਿਆ ਕਰਨੇ ਸੀ ਸ਼ਾਮ ਨੂੰ ਇੱਕ ਤਾਂ ਇਹਨਾਂ ਨੇ ਲੂਹ ਦਿਆ ਕਰਨਾ ਇਹਨਾਂ ਵਾਲੀ ਟੋਕਰੀ ਤੋਂ ਜਦੋਂ ਪਾਣੀ ਭਨੀਜਾ ਕਰਨਾ ਸੀ ਨਾ ਅਰਸਲਾਨ ਤੇ ਇੱਕ ਨਾਲ ਏਦਾਂ ਦਾ ਹੋਰ ਬੰਦਾ ਹੋਣਾ ਸੀ ਤੇ ਦੇੜ ਦੇੜ ਸ਼ੁਰੂ ਹੋਇਆ ਸਾਹ ਜੀ ਹੁਣ ਪੀਟੀਓ ਟੁੱਟ ਗਈ ਹੈ ਤੇ ਹੁਣ ਵਾਇਰਿੰਗ ਬਾਅਦ ਚ ਪਏਗਾ ਵਾਇਰਿੰਗ ਟੁੱਟ ਗਿਆ ਕੁਰੜ ਕੁਰੜ ਕਰਦਾ ਟਰੈਕਟਰ ਦੀ ਪਾਣੀ ਦੀ ਹਫਾਜ਼ਤ ਚੋਰੀ ਸਾਹਿਬ ਲੋਕ ਡੀਜ਼ਲ ਪਾ ਕੇ ਸਟਾਰਟ ਕਰਦੇ ਤੁਸੀਂ ਪਾਣੀ ਪਾ ਕੇ ਸਟਾਰਟ ਕਰਦੇ ਹੋ ਸੁਭਾਨ ਅੱਲਾ ਚੋਰੀ ਚੰਗਾ ਤਮੀਜ਼ ਦੇ ਲਹਿਰ ਚ ਬੋਲ ਰਿਹਾ ਨਹੀਂ ਕਹਿੰਦਾ ਪਾਣੀ ਜਾਂਦਾ ਕਿੱਧਰ ਉਹਦਾ ਬੰਦੇ ਪੁੱਛਦੇ ਵੀ ਡੀਜ਼ਲ ਕਿੱਧਰ ਜਾਂਦਾ ਸਾਡੇ ਟਰੈਕਟਰ ਦਾ ਯਾਰ ਸਾਡੇ ਕੋਲ ਵੀ ਖੜੋਤੇ ਚੋਰੀ ਪਾਣੀ ਕਦੀ ਨੀ ਯਾਰ ਲੋੜ ਪੈਂਦੀ ਹੈਗੀ ਭਾਵੇਂ ਦੋ ਦੋ ਦਿਨ ਚੱਲ ਕੇ ਮੈਂ ਲਿਆ ਆਇਆ ਮੋਬਾਈਲ ਉਹਦਾ ਤੂੰ ਲਈ ਫਿਰਦਾ ਸਿਮ ਤੇਰੇ ਕੋਲ ਚੱਲਦੀ ਬੰਦਾ ਕੋਈ ਹੈ ਕੀ ਕੀਤੀ ਖੜੇ ਚੋਰੀ ਨਾਲ ਹਾਲਾਤ ਬਹੁਤ ਸੰਗੀਨ ਹੋ ਗਏ ਅੱਛਾ ਬਣਿਆ ਹੋਣਾ ਕੋਈ ਤੂੰ ਖਾਣਾ ਰਹਿਣਾ ਤੈਨੂੰ ਪਤਾ ਵੀ ਕੀ ਬਣਦਾ ਯਾਰ ਉਹ ਕੋ ਕੋਫਤਾ ਵੀ ਬਣਿਆ ਹੁੰਦਾ ਆ ਉਹ ਕੋ ਅਦੂਆ ਕੋਰਮਾ ਬਣਿਆ ਹੁੰਦਾ ਆ
ਉਹਦੇ ਕੋਲ ਹੈ ਜਿਹੜੀ ਸਹੀ ਚੀਜ਼ ਉਹ ਦੱਸ। ਇਹ ਸਾਰਾ ਕੁਝ ਉਹ ਚੰਗਾ ਬਣਾਉਂਦਾ, ਚਿਕਨ ਬਣਾਉਂਦਾ, ਕੜਾਈ ਬਣਾਉਂਦਾ, ਉਹ ਵੀ ਹੋਣੀ ਵਾਈਟ ਸ਼ਾਇਦ ਬਣਾਉਂਦਾ ਹੋਵੇ। ਉਹਦੇ ਕੋਲ ਨਾ ਸਾਰਾ ਕੁਝ ਤਾਜ਼ਾ ਹੁੰਦਾ, ਉਹ ਦਿਨ ਵਿੱਚ ਦੋ ਵਾਰੀ ਬਣਾਉਂਦਾ ਉਹ। ਅੱਛਾ, ਜਿਹੜਾ ਸਵੇਰੇ ਬਣਾਉਂਦਾ ਦੁਪਹਿਰੇ ਖਤਮ ਕਰ ਦਿੰਦਾ, ਦੁਪਹਿਰੇ ਨਵਾਂ ਬਣਾਉਂਦਾ ਫਿਰ ਸ਼ਾਮ ਵਾਸਤੇ। ਇਹੀ ਤਾਂ ਪੱਪੂ ਸਾਹਿਬ ਦੀ ਖੂਬੀ। ਮੈਂ ਨਮਾਜ਼ ਪੜ੍ਹ ਕੇ ਆਇਆ, ਜ਼ਰਾ ਬੈਠੋ ਯਾਰ। ਇਹ ਵਿੱਚੋਂ ਛੋਟ ਜਾਣਗੇ, ਵਿੱਚੋਂ ਲਾਗਰਦ ਹੋ ਜਾਈਦਾ, ਅਤੇ ਫਿਰ ਅੱਲਾਹ ਤਾਲਾ ਹਦਾਇਤ ਦੇ ਦਿੰਦਾ ਵਾਪਸ। ਇਹਦਾ ਟਾਈਮ ਬਹੁਤ ਥੋੜ੍ਹਾ ਹੁੰਦਾ, ਫੌਰਨ ਜਮਾਤ ਖੜ੍ਹੀ ਹੋ ਜਾਂਦੀ ਹੁੰਦੀ। ਓਏ ਹੋਏ ਹੋਏ, ਸ਼ੁਰੂ ਵੀ ਹੋ ਗਿਆ ਖਾਨ ਸਾਹਿਬ। ਖਾਨ ਸਾਹਿਬ ਪਾਣੀ ਮੁੱਕਾ ਖਾਨ ਸਾਹਿਬ, ਅਤੇ ਕੂਲਰ 'ਚ ਪਾਣੀ ਮੰਗਿਆ ਚੌਧਰੀ ਕੋਲੋਂ, ਤਾਂ ਕੀ ਆਉਂਦਾ ਮੁਲਾਜ਼ਮ ਨੂੰ ਕਹਿੰਦਾ ਪਾਣੀ ਪਿਲਾਓ, ਉਹ ਗਿਆ, ਉਹ ਕਹਿੰਦਾ ਵਿੱਚੋਂ ਚੌਧਰੀ ਪਾਣੀ ਮੁੱਕਾ, ਉਹ ਗਿਆ ਜੀ। ਹੁਣ ਗੁੱਸੇ ਦੇ ਵਿੱਚ ਕੱਲ ਨੂੰ ਗਾਲਾਂ ਕੱਢਦਾ ਜਾਂਦਾ ਮੁਲਾਜ਼ਮ ਨੂੰ। ਉਹੀ ਯਾਰ, ਇਹ ਜ਼ੁਮੇ ਖਾਨ ਮੁਲਾਜ਼ਮਾਂ ਨੂੰ ਲੈ ਕੇ ਦਿੱਤਾ ਹੈ ਪਾਣੀ ਠੰਡਾ ਕਰਨ ਵਾਲਾ, ਤੇ ਉਹਨਾਂ ਦਾ ਕੰਮ ਪਾਣੀ ਤੇ ਕੰਮ ਆਪਣੇ ਜੋਗਾ ਪਾ ਲਿਆ। ਉਹ ਆਪਣੇ ਜੋਗਾ ਵੀ ਨਹੀਂ ਪਾਉਂਦੇ ਹੈਗੇ ਅਸੀਂ, ਉਹ ਹੁਣ ਕਹਿਣ ਲਈ ਆਉਂਦਾ ਯਕਦਮ ਤੜਫਿਆ ਜੀ ਤੋਂ ਗਿਆ ਜੀ, ਉੜਦਾ ਗਿਆ ਜੀ। ਵਾਹ ਚੌਰੀ ਵਾਹ, ਕਹਿੰਦੇ ਸਿਟੀ ਹੁਣ ਆਈ ਹੈ ਕਿਤੇ ਆ ਜਿਹੜੀ ਹੈ ਯਾਰ, ਮੈਂ ਵੇਖੀ ਨੀ ਮੈਂ ਤਾਂ। ਅੱਛਾ, ਕੀ ਚੀਜ਼ ਆ ਇਹ? ਅੱਛਾ, ਇੱਕ ਮਿੰਟ ਜੀ ਖਾਨ ਸਾਹਿਬ, 18 ਮਾਡਲ ਹੈ ਇਹ, ਟੋਟਲ ਜੈਨੂਇਨ, ਬੰਪਰ ਤੱਕ ਜੈਨੂਇਨ ਜੀ, ਗੁੱਟ ਹੋ ਗਿਆ ਜੀ, ਟਾਇਰ ਪਾਏ ਹੋਏ ਨਵੇਂ, ਬਾਕੀ ਜੈਨੂਇਨ ਆ, ਫਸਟ ਓਨਰ। ਵਾਹ, ਠੀਕ ਹੋ ਗਿਆ ਜੀ, ਕੋਸ਼ਿਸ਼ ਹੋਈ ਹੈ ਜੀ, ਇਹਦੀ ਸੀਟ ਮੈਟਿੰਗ ਥੱਲੇ ਹਰ ਚੀਜ਼ ਕੰਪਲੀਟ ਹੋਈ ਹੈ। ਰਨਿੰਗ ਕਿੰਨੀ ਆ? ਅੱਛਾ, 60,000 ਰੁਪਏ ਚੱਲੀ ਹੋਈ ਹੈ ਜਨਾਬ, ਠੀਕ ਹੋ ਗਿਆ ਜੀ। ਅੱਛਾ ਜੀ, ਕਿਉਂਕਿ ਪਾਵਰ ਵਿੰਡੋ ਕੀ ਹੈ ਜੀ ਇਹਦੀ? ਅੱਛਾ, ਮੀਟਰ ਦੀ ਗਰੰਟੀ ਹੋਏਗੀ ਜੀ, ਮੀਟਰ ਅੱਗੇ ਪਿੱਛੇ ਨਹੀਂ ਹੋਊਗਾ। ਲੋਕੇਸ਼ਨ ਚੰਗੀ ਹੈ ਗੱਡੀ ਦੀ, ਕੀ ਕਹਿੰਦੇ ਹੋ? ਆਲਟੋ ਤੋਂ ਬੈਸਟ ਆ ਕਾਰ ਇਹ, ਐਵਰੇਜ ਵੀ ਕਹਿੰਦੇ ਇਹਨਾਂ ਦੀਆਂ ਚੰਗੀਆਂ, ਪੈਟਰੋਲ ਪੈਟਰੋਲ ਦੀਆਂ। ਖਾਨ ਸਾਹਿਬ ਕੋਲ ਪੈਸੇ ਪੁੱਛਦੇ ਇਹਦੇ, ਫਾਰ ਸੇਲ ਹੁੰਦੀ ਆ ਖਾਨ ਕੋਲ ਮੋਟਰ, ਤੁਹਾਨੂੰ ਪਤਾ ਹੀ ਆ ਖਾਨ ਦਾ ਸ਼ੋਰੂਮ ਦਾ ਕੰਮ, ਕੋਈ ਨਾ ਕੋਈ ਮੋਟਰ ਆਈ ਰਹਿੰਦੀ ਹੈ। 18 ਮਾਡਲ ਹੈ। ਹਾਂ ਅਰਸਲਾਨ, ਹੁਣ ਕਿੱਧਰੋਂ ਆਇਆ ਘੁੰਮਦਾ? ਅੱਛਾ, ਵਾਹ ਯਾਰ ਖਾਨ, ਵਾਹ ਚੌਧਰੀ, ਬੜਾ ਯਾਰ ਪਾਣੀ ਲੈ ਕੇ ਆ। ਟਰਾਲੀ ਬਾਹਰ ਕੱਢਣੀ ਹੈ ਖਾਨ ਸਾਹਿਬ, ਅੱਗੇ ਟੋਰ ਲਓ, ਇਹ ਨਾ ਹੋਵੇ ਕਿ ਭੜੱਕ ਕਰਕੇ ਹੋਵੇ ਤੇ ਸ਼ੀਸ਼ਾ ਆਪਣੇ ਹੱਥ 'ਚ ਆ ਜਾਏ। ਕਿਉਂ ਉਹ ਸਵੇਰੇ ਆ ਕੇ ਪਾ ਦੇਗਾ? ਸਵੇਰੇ ਵੀ 11-12 ਤੋਂ ਪਹਿਲਾਂ ਨਹੀਂ ਹੋਣਾ ਕੰਮ, ਦਿਹਾੜੀ ਪਿਛਲੀ ਕੱਲ੍ਹ ਵੀ ਜਾਂਦੀ ਲੱਗਣੀ ਹੈ। ਖਾਨ ਨੂੰ ਯਾਰ ਇਹਦੇ ਪੈਸੇ ਪੁੱਛੇ ਨਹੀਂ, ਖਾਨ ਇਹਦੀ ਡਿਮਾਂਡ ਕੀ ਹੈ ਭਲਾ? ਸਾਢੇ
36 ਯਾਰ ਮੈਂ ਸੋਚਦਾ ਸੀ ਵੀ ਆਲਟੋ ਉਲਟੋ ਦੇ ਕੇ ਸ਼ਾਇਦ ਆ ਜਾਏਗੀ ਇਹ ਤਾਂ ਮਹਿੰਗੀ ਬੜੀ ਨਾ ਨਾ ਆਲਟੋ ਉਲਟੋ ਦੇ ਮੁੱਲ ਦੀ ਦੇ ਯਾਰ ਸ਼ਾਮੀ ਆ ਗਿਆ ਖਾਣਾ ਸਾਡੇ ਕੋਲ ਬੜਾ ਬਿਹਤਰੀਨ ਕਿਸਮ ਦਾ ਅੱਜ ਆਲੂ ਪਾਲਕ ਬਣੀ ਹੋਈ ਹੈ ਨਾਲ ਲੱਸੀ ਦਾ ਜੱਗ ਗਰਮਾ ਗਰਮ ਰੋਟੀ ਹੈ ਬੀਫ ਬਣਿਆ ਸੀ ਖਾਣਾ ਕੱਦੂ ਅਤੇ ਬੀਫ ਹਾਂ ਕੱਦੂ ਅਤੇ ਚਿਕਨ ਬਣਦਾ ਸੀ ਹੁਣ ਬੀਫ ਨਾਲ ਬਣਨ ਲੱਗ ਪਿਆ ਬਸ ਅੱਜ ਮਹਿਮਾਨ ਆਏ ਸੀ ਹਾਂ ਸ਼ਹਿਰਾਂ 'ਚ ਸ਼ੁਰੂ ਹੋ ਗਏ ਫੱਟੇ ਛੱਟੇ ਕਾਹਦੇ ਵਾਸਤੇ ਭਾਵੇਂ ਚਿਕਨ ਲਓ ਤਾਂ ਭਾਵੇਂ ਬੀਫ ਲਓ ਮਟਨ ਦੁਬਾਰਾ ਫਿਰ ਸ਼ੁਰੂ ਹੋ ਗਿਆ ਨਾ ਹੁਣ ਕਿੱਥੇ ਲੋਕ ਰੱਖਦੇ ਆ ਖਾ ਖੂ ਜਾਂਦੀ ਆਵਾਮ ਨਾਲ ਦਿੱਤੀ ਜਾਂਦੀ ਹੈ ਇਹ ਧੋਣਾ ਤਾਂ ਸੀਗਾ ਯਾਰ ਉਹ ਤੇ ਮਸਾਲਾ ਧੋ ਕੇ ਰੱਖੇ ਨੇ ਬੜੇ ਕੂਚ ਕੂਚ ਕੇ ਰੱਖੇ ਨੇ ਕੂਚ ਕੂਚ ਚੋਂ ਕੱਢ ਕੇ ਲੈਣ ਚਿੱਟਾ ਚਿੱਟਾ ਜਿਹਾ ਮੈਂ ਖਰੇ ਪਤਾ ਨਹੀਂ ਕੀ ਹੈ ਫਰਿੱਜ ਦਾ ਹੈ ਹਾਂਜੀ ਮੈਂ ਖਰੇ ਮਸਾਲਾ ਲੱਗਾ ਹਾਂ ਜੀ ਨਹੀਂ ਮਸਾਲਾ ਨਹੀਂ ਸਾਰੇ ਧੋ ਕੇ ਰੱਖੇ ਟੋਟਲ ਅਲਫ ਪੇ ਹੈ ਚਲਿਏ ਯਾਰ ਅਲਫ ਪੇ ਹੈ 26 ਲਫ਼ਜ਼ ਠੀਕ ਹੋ ਗਿਆ ਹਾਂ ਵੀ ਆ ਹਿਸਾਬ ਕੀਤੀ ਖੜਾ ਇਹ ਆ ਦੋ ਨੰਬਰ ਔਰ ਇੱਕ ਅਲਫ ਅੱਗੋਂ ਆ ਗਈ ਇੱਕ ਲੋ ਜੀ ਇਹ ਆ ਨੰਬਰ ਆ ਮੇਰੇ ਮੋਟਰਸਾਈਕਲ ਦਾ 5 ਜੇ ਕਿਸੇ ਨੂੰ ਨਾ ਪਤਾ ਹੋਵੇ ਤਾਂ 8714 ਹਾਂ ਹੁਣ ਇਹ ਮੇਰੇ ਅਹਿਲੇ ਤੇ ਸ਼ੀ ਭਾਈ ਇਹ ਪਸੰਦ ਕਰਤੇ ਹੈ ਮੋਟਰਸਾਈਕਲ ਦੇ ਦਿੱਤੇ ਹੈ ਹਮ 8714 ਅਤੇ 823 3 × 2 = 5 ਨੰਬਰ ਆਉਂਦਾ ਜੀ ਇਹਦਾ ਖਾਨ 70-80 ਦਾ ਕਿੰਨਾ ਬਣਦਾ ਉਹ ਨਹੀਂ ਵਿਕਦਾ ਖਾਨ ਫਿਰ ਹੈ ਨਾ ਪਿਆਰ ਹੀ ਬੜਾ ਪਿਆਰ ਹੀ ਬੜਾ ਟਾਈਮ ਤਕਰੀਬਨ 9 ਦਾ ਇਸ਼ਾ ਦੀ ਅਜ਼ਾਨ ਹੋਣੀ ਹੋ ਕੇ ਤਕਰੀਬਨ ਹੱਡੀ ਹੈ ਹੁਣ ਉੱਠਿਆ ਬੇਲੀਆਂ ਕੋਲੋਂ ਨਿਕਲਿਆ ਘਰਾਂ ਨੂੰ ਵਾਪਸ ਅੱਜ ਹਵਾ ਬਹੁਤ ਰਾਤ ਦੇ ਟਾਈਮ ਅੱਛੀ ਜ਼ਬਰਦਸਤ ਚੱਲ ਪਈ ਹੈ ਠੰਡੀ ਅਸੀਂ ਤਾਂ ਉਹ ਸਾਈਡ ਜਿਹੀ 'ਤੇ ਬੈਠੇ ਸੀ ਪੱਖੇ ਦੀ ਹਵਾ 'ਤੇ ਉੱਥੇ ਤਾਂ ਸੇਕ ਜਿਹਾ ਹੀ ਲੱਗੀ ਜਾਂਦਾ ਸੀ ਬਾਹਰ ਨਿਕਲਿਆ ਤਾਂ ਪਤਾ ਲੱਗਾ ਵੀ ਹਵਾ ਬੜੀ ਬਿਹਤਰੀਨ ਚੱਲ ਰਹੀ ਹੈ ਵੈਦਰ ਚੈੱਕ ਕੀਤਾ ਸੀ ਬਹਾਵਲਪੁਰ ਵਾਲੀ ਸਾਈਡ 'ਤੇ ਬਾਰਿਸ਼ ਬੁਰਿਸ਼ ਦਾ ਇਮਕਾਨ ਸੀਗੇ ਸ਼ਾਇਦ ਉੱਧਰਲਾ ਕੋਈ ਸਿਲਸਿਲਾ ਇੱਥੇ ਹਵਾਵਾਂ ਦਾ ਠੰਡੀਆਂ ਦਾ ਪਹੁੰਚ ਗਿਆ ਹੋਵੇ ਸਾਡੇ ਤੱਕ